ਦੁਨੀਆ ਦੇ ਮਸ਼ਹੂਰ ਫੈਸ਼ਨ ਬ੍ਰਾਂਡ ਵਿਰਸਾਚੇ ਨੂੰ ਮਾਈਕਲ ਕੋਰਸ ਵੱਲੋਂ 2.1 ਬਿਲੀਅਨ ਡਾਲਰ 'ਚ ਖਰੀਦ ਕੇ ਯੂਰਪੀਅਨ ਫੈਸ਼ਨ ਮਾਰਕੀਟ 'ਚ ਇੱਕ ਵੱਡੀ ਛਲਾਂਗ ਮਾਰੀ ਗਈ ਹੈ। ਮਾਈਕਲ ਕੋਰਸ ਦੇ CEO ਜੌਨ ਆਈਡਲ ਨੇ ਕਿਹਾ ਕਿ ਵਿਰਸਾਚੇ ਦੀ ਪ੍ਰਾਪਤੀ ਸਾਡੇ ਸਮੂਹ ਲਈ ਇੱਕ ਬਹੁਤ ਮਹੱਤਵਪੂਰਨ ਹੈ। ਉਹਨਾਂ ਇਸ ਪ੍ਰਾਪਤੀ ਨੂੰ ਮੀਲ ਪੱਥਰ ਦੱਸਿਆ। ਇਸ ਵੱਡੀ ਡੀਲ ਦੇ ਬਾਅਦ ਮਾਈਕਲ ਕੋਰਸ ਆਪਣੀ ਕਾਰਪੋਰੇਟ ਦਾ ਨਾਮ ਬਦਲ ਕੇ ਕੈਪਰੀ ਹੋਲਡਿੰਗਸ ਰੱਖਣਗੇ। ਮਾਈਕਲ ਕੋਰਸ ਨੇ ਕਿਹਾ ਕਿ ਇਸ ਸੌਦੇ ਤੋਂ ਬਾਅਦ ਉਹਨਾਂ ਦੀ ਯੋਜਨਾ ਵਿਰਸਾਚੇ ਦੀ ਸੇਲ 2 ਬਿਲੀਅਨ ਡਾਲਰ ਸਾਲਾਨਾ ਤੱਕ ਪਹੁੰਚਾਉਣ ਦੀ ਹੈ, ਜਿਸ ਦੇ ਤਹਿਤ ਨਵੇਂ ਸਟੋਰ ਖੋਲ੍ਹੇ ਜਾਣਗੇ ਅਤੇ ਆਨਲਾਈਨ ਸ਼ਾਪਿੰਗ ਬਾਜ਼ਾਰ 'ਚ ਨਵੀਂ ਅਸੈਸਰੀ ਅਤੇ ਫੁੱਟਵੇਅਰ ਦੇ ਬਿਜ਼ਨਸ ਨੂੰ ਵਧਾਇਆ ਜਾਵੇਗਾ। ਖਰੀਦਦਾਰ ਅਮਰੀਕੀ ਕੰਪਨੀ ਨੇ ਦੱਸਿਆ ਕਿ ਡੋਨਾਟੈਲਾ ਵਿਰਸਾਚੇ ਵੱਲੋਂ 1997 'ਚ ਕੰਪਨੀ ਦਾ ਭਾਰ ਸੰਭਾਲਿਆ ਗਿਆ ਸੀ, ਪਰ ਇਸ ਦੀ ਸ਼ੁਰੂਆਤ ਡੋਨਾਟੈਲਾ ਦੇ ਭਰਾ ਵੱਲੋਂ ਕੀਤੀ ਗਈ ਸੀ ਅਤੇ ਹੁਣ ਇਸ ਸੌਦੇ ਦੇ ਬਾਅਦ ਵੀ ਕੰਪਨੀ ਦੀ ਡਿਜ਼ਾਈਨਰ ਡੋਨਾਟੈਲਾ ਵਿਰਸਾਚੇ ਹੀ ਰਹੇਗੀ।